तेज रफ्तार गड्डी ने दरड़ता एक्टिवा सवार, हादसे च स्कूटी दे उड़ गए पर खचे, चालक दी हादसे च हो गई मौत। ਤਾਂ ਵੱਡਾ ਹਾਦਸਾ ਹੋਇਆ ਹੈ ਜਿੱਥੇ ਇੱਕ ਐਕਟਿਵਾ ਅਤੇ ਗੱਡੀ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਐਕਟਿਵਾ ਸਵਾਰ ਦੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਮਾਮਲਾ ਨੰਗਲ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਹੋਰ ਵੱਡਾ ਹਾਦਸਾ ਹੋ ਗਿਆ। ਤਾਂ ਮੌਕੇ 'ਤੇ SSF ਦੀ ਟੀਮ ਪਹੁੰਚਦੀ ਹੈ ਜਿਨ੍ਹਾਂ ਦੇ ਵੱਲੋਂ ਪਹਿਲਾਂ ਤਾਂ ਐਕਟਿਵਾ ਸਵਾਰ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਹਾਲਤ ਵੇਖ ਕੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੋ ਵਾਹਨਾਂ ਦੇ ਵਿੱਚ ਭਿਆਨਕ ਟੱਕਰ ਹੋਈ ਹੈ। ਤਾਂ ਆਮੋ ਸਾਹਮਣੇ ਦੀ ਟੱਕਰ ਸੀ ਜਿਸ ਦੇ ਵਿੱਚ ਐਕਟਿਵਾ ਸਵਾਰ ਦੀ ਮੌਤ ਹੋ ਜਾਂਦੀ ਹੈ। ਤਾਂ ਮੌਕੇ 'ਤੇ ਜ਼ਖਮੀ ਸੀ ਜਿਸਨੂੰ ਕਿ SSF ਦੀ ਟੀਮ ਦੇ ਵੱਲੋਂ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ ਅਤੇ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕਰਕੇ FIR ਦਰਜ ਕਰ ਦਿੱਤੀ ਗਈ ਹੈ। ਤਾਂ ਵੇਖ ਸਕਦੇ ਹੋ ਕਿ ਕੀ ਨੁਕਸਾਨ ਹੋਇਆ, ਗੱਡੀ ਦਾ ਵੀ ਭਾਰੀ ਨੁਕਸਾਨ ਹੋ ਜਾਂਦਾ ਹੈ ਪਰ ਇਸ ਸਕੂਟੀ ਦੇ ਤਾਂ ਪਰ ਖੱਚੇ ਉੱਡ ਜਾਂਦੇ ਨੇ ਜਿਸ ਕਰਕੇ ਮੌਕੇ 'ਤੇ ਵੱਡਾ ਜਾਮ ਵੀ ਲੱਗ ਜਾਂਦਾ ਹੈ ਅਤੇ ਪੁਲਿਸ ਦੇ ਵੱਲੋਂ ਫਿਰ ਇਸ ਜਾਮ ਨੂੰ ਖੁਲਵਾਇਆ ਵੀ ਜਾਂਦਾ ਹੈ। ਹੈਲਥ ਠੀਕ ਰਹੇ, ਹਮੇ ਯਹੀ ਚਾਹ ਰਹੇ ਕਿਉਂਕਿ ਹੈਲਥ ਬਿਲਕੁਲ ਠੀਕ ਹੋ, ਬਾਕੀ ਗਾਰਡ ਯਹਾਂ ਹੈ ਸਰ, ਅਬ ਦੇਖਤੇ ਹੈ ਕਿ ਕਿਆ ਕਿਆ ਇਨਫੋਰਮੇਸ਼ਨ ਮਿਲਤੀ ਹੈ ਵਹਾਂ ਸੇ। ਹਮ ਲੋਗ ਵੀ ਖੁਦ ਡਰੇ ਹੋ, ਅੱਛੇ ਕਾਮ ਸਾਰੇ ਪੂਰੇ ਫੈਮਿਲੀ ਸਾਥ ਹੈ। ਕਹਾਂ ਸੇ ਆਏ ਲੋਗ ਜੀ? ਹਾਂ ਜੀ, ਸਰ ਕਾ ਘਾਟ, ਸਰ ਕਾ ਘਾਟ ਮਦਦ ਸੇ। ਤੋ ਇਹ ਜੋ ਗਾੜੀ ਹੈ ਉਹ ਸਰ ਕਾ ਘਾਟ ਹਿਮਾਚਲ ਕੀ ਹੈ। ਇੱਕ ਨੌਜਵਾਨ ਲੜਕਾ ਸੀਗਾ ਜੋ ਸਕੂਟਰ ਤੇ ਜਾ ਰਿਹਾ ਸੀ ਤੋ ਉਹਦਾ ਭਰਤਗੜ੍ਹ ਦੇ ਕੋਲ ਸਰਸਾ ਨੰਗਲ ਦੇ ਨੇੜੇ ਐਕਸੀਡੈਂਟ ਹੋਇਆ ਇੱਕ ਕਾਰ ਦੇ ਨਾਲ। ਸੋ ਲੜਕੇ ਦੀ ਮੌਕੇ 'ਤੇ ਮੌਤ ਹੋ ਗਈ ਹੈ, ਹਸਪਤਾਲ ਦੀ ਬੋਡੀ ਸ਼ਿਫਟ ਕਰਵਾਉਣੀ ਅਤੇ ਅੱਗੇ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਮਿਲ ਜਾਂਦੀ ਚਾਹੀਦੀ। ਤੇਜ਼ ਰਫ਼ਤਾਰ ਗੱਡੀ ਨੇ ਦਰੜਤਾ ਐਕਟਿਵਾ ਸਵਾਰ, ਹਾਦਸੇ 'ਚ ਸਕੂਟੀ ਦੇ ਉੱਡ ਗਏ ਪਰ ਖੱਚੇ, ਚਾਲਕ ਦੀ ਹਾਦਸੇ 'ਚ ਹੋ ਗਈ ਮੌਤ। ਤਾਂ ਵੱਡਾ ਹਾਦਸਾ ਹੋਇਆ ਹੈ ਜਿੱਥੇ ਇੱਕ ਐਕਟਿਵਾ ਅਤੇ ਗੱਡੀ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਐਕਟਿਵਾ ਸਵਾਰ ਦੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਮਾਮਲਾ ਨੰਗਲ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਹੋਰ ਵੱਡਾ ਹਾਦਸਾ ਹੋ ਗਿਆ। ਤਾਂ ਮੌਕੇ 'ਤੇ SSF ਦੀ ਟੀਮ ਪਹੁੰਚਦੀ ਹੈ ਜਿਨ੍ਹਾਂ ਦੇ ਵੱਲੋਂ ਪਹਿਲਾਂ ਤਾਂ ਐਕਟਿਵਾ ਸਵਾਰ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਹਾਲਤ ਵੇਖ ਕੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੋ ਵਾਹਨਾਂ ਦੇ ਵਿੱਚ ਭਿਆਨਕ ਟੱਕਰ ਹੋਈ ਹੈ। ਤਾਂ ਆਮੋ ਸਾਹਮਣੇ ਦੀ ਟੱਕਰ ਸੀ ਜਿਸ ਦੇ ਵਿੱਚ ਐਕਟਿਵਾ ਸਵਾਰ ਦੀ ਮੌਤ ਹੋ ਜਾਂਦੀ ਹੈ। ਤਾਂ ਮੌਕੇ 'ਤੇ ਜ਼ਖਮੀ ਸੀ ਜਿਸਨੂੰ ਕਿ SSF ਦੀ ਟੀਮ ਦੇ ਵੱਲੋਂ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਤਾਂ ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ ਅਤੇ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕਰਕੇ FIR ਦਰਜ ਕਰ ਦਿੱਤੀ ਗਈ ਹੈ। ਤਾਂ ਵੇਖ ਸਕਦੇ ਹੋ ਕਿ ਕੀ ਨੁਕਸਾਨ ਹੋਇਆ, ਗੱਡੀ ਦਾ ਵੀ ਭਾਰੀ ਨੁਕਸਾਨ ਹੋ ਜਾਂਦਾ ਹੈ ਪਰ ਇਸ ਸਕੂਟੀ ਦੇ ਤਾਂ ਪਰ ਖੱਚੇ ਉੱਡ ਜਾਂਦੇ ਨੇ ਜਿਸ ਕਰਕੇ ਮੌਕੇ 'ਤੇ ਵੱਡਾ ਜਾਮ ਵੀ ਲੱਗ ਜਾਂਦਾ ਹੈ ਅਤੇ ਪੁਲਿਸ ਦੇ ਵੱਲੋਂ ਫਿਰ ਇਸ ਜਾਮ ਨੂੰ ਖੁਲਵਾਇਆ ਵੀ ਜਾਂਦਾ ਹੈ। ਹੈਲਥ ਠੀਕ ਰਹੇ, ਹਮੇ ਯਹੀ ਚਾਹ ਰਹੇ ਕਿਉਂਕਿ ਹੈਲਥ ਬਿਲਕੁਲ ਠੀਕ ਹੋ, ਬਾਕੀ ਗਾਰਡ ਯਹਾਂ ਹੈ ਸਰ, ਅਬ ਦੇਖਤੇ ਹੈ ਕਿ ਕਿਆ ਕਿਆ ਇਨਫੋਰਮੇਸ਼ਨ ਮਿਲਤੀ ਹੈ ਵਹਾਂ ਸੇ। ਹਮ ਲੋਗ ਵੀ ਖੁਦ ਡਰੇ ਹੋ, ਅੱਛੇ ਕਾਮ ਸਾਰੇ ਪੂਰੇ ਫੈਮਿਲੀ ਸਾਥ। ਕਹਾਂ ਸੇ ਆਏ ਲੋਗ ਜੀ? ਹਾਂ ਜੀ, ਸਰ ਕਾ ਘਾਟ, ਸਰ ਕਾ ਘਾਟ ਮਦਦ ਸੇ। ਤੋ ਇਹ ਜੋ ਗਾੜੀ ਹੈ ਉਹ ਸਰ ਕਾ ਘਾਟ ਹਿਮਾਚਲ ਕੀ ਹੈ। ਇੱਕ ਨੌਜਵਾਨ ਲੜਕਾ ਸੀਗਾ ਜੋ ਸਕੂਟਰ ਤੇ ਜਾ ਰਿਹਾ ਸੀ ਤੋ ਉਹਦਾ ਭਰਤਗੜ੍ਹ ਦੇ ਕੋਲ ਸਰਸਾ ਨੰਗਲ ਦੇ ਨੇੜੇ ਐਕਸੀਡੈਂਟ ਹੋਇਆ ਇੱਕ ਕਾਰ ਦੇ ਨਾਲ। ਸੋ ਲੜਕੇ ਦੀ ਮੌਕੇ 'ਤੇ ਮੌਤ ਹੋ ਗਈ ਹੈ, ਹਸਪਤਾਲ ਦੀ ਬੋਡੀ ਸ਼ਿਫਟ ਕਰਵਾਉਣੀ ਅਤੇ ਅੱਗੇ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਮਿਲ ਜਾਂਦੀ ਚਾਹੀਦੀ।